सारे उम्मीद करते हैं सारे बहुत वधिया हो गए। सो अज काफ़ी दिन बाद जो व्लॉग मैं बना लग्या तो अज भी ता बना लग गया क्योंकि अज है मेरा बर्थडे। सोचा कि थोड़ा जहा घूम के आईए, काफ़ी दिन हो गए कि गए नहीं है। हूँ देखते हैं पहला गुरु घर जाके उस तो बाद जो मॉल मूल थोड़ा बहुत घुमावे, चंडीगढ़ जाके घुमावे थोड़ा जहा। सो एक अपन घंट जहा वीडियो बनाने लिए जोड़ा वो गिफ्ट अपन मिले गिम्बल। सो हूँ जो घेंट घेंट वीडियो ये तो आया करनगियाँ, ये तो बनाया करा आप वीडियोज। सो आप हूँ घर तो चले हैं, जो भी कुछ करा। सो सारा कुछ दिखा, मैं थोड़ा सारे दसना भुल गया कि पहला ब्लॉगा देखा होगा कि मेरी दाढ़ी नहीं सी होंगी। सो हूँ आप दाढ़ी जी वधा लीती है गुरु साहब की कृपा नाल, तो उम्मीद करते हैं भी अगे भी इदा ही वधाई रखीए। जे थानू ठीक लगती है तो कमेंट करके जरूर दस्यो भी दाढ़ी मेरी है जी ठीक लगती है या नहीं। सो बाकी उ सारा कुछ दिखावे जी। आप पहुँच गए गुरु घर, सो हूँ मत्था टेक के ते उस तो बाद आप फिर अगे चलेंगे। चलो जी गुरु घर आप मत्था टेक लिया, हूँ आप चले अगे हूँ चलने कितने चले आप पाउंड चलते हैं वी आर पंजाब मोहाली के जिहड़ा मॉल बनया वे उत्थे आपां जाते हैं। सो उत्थे जाके देखते हैं की कुछ हुंदा उत्थे। जे आपां पहुँच गए हैं वी आर पंजाब और लग्या बोर्ड वी आर पंजाब दा सीगा। लुक जी वी आर पंजाब की बाहर वाली फॉरन फॉरन वाली दिखी हुई है। आप आ गए मॉल के अंदर, मॉल है सारा। इतने दुबई के जोड़े परफ्यूम मिलते हैं बहुत घेंट, असी हमने जाके आए हैं। तब मैं कहना खुशबू फ्रैगनेंस जी एंड गलबात है। तो आ गया फन सिटी। सो फन सिटी तो आप जो बाद आवेंगे पहले आप कुछ खा पी लीए। एक तो इन्ह दौड़ियाँ जीडिया स्टेयर खराब हुई भी सारिया। सो उपर चढ़ के आए हैं पैदल पैदल, तो सह चढ़ गया आओ चलते हैं अगे। लो जी हूँ आप आए हैं हल्दी राम वाले, हल्दी राम दे कुछ खा लीए। इतने तक थोड़ा दिखाइए जोड़ा माहौल बहुत सोहना बन रहा, बैठने भी बड़ा सीटिंग प्लान बड़ा घेंट है। सो इतने कुछ खाने खा पी के फिर आप अगे फन सिटी चलेंगे वापस। फन सिटी के गेम गूम इतने खेडा ठीक घंट लगी है बस।
ਲਓ ਜੀ ਮਾਲ ਜਿਹੜਾ ਆਪਾਂ ਘੁੰਮ ਲਿੱਤਾ ਹੈ ਅਤੇ ਘੁੰਮ ਫਿਰ ਕੇ ਹੁਣ ਆਪਾਂ ਚੱਲੇ ਹਾਂ ਵਾਪਸ ਨੂੰ ਵਾਪਸ ਪਟਿਆਲੇ ਚੱਲੀਏ ਉੱਥੇ ਜਾ ਕੇ ਜੋ ਵੀ ਪਲੈਨ ਹੋਊਗਾ ਉਹ ਸਾਰਾ ਕੁਝ ਘਰ ਪਹੁੰਚਣ ਤੋਂ ਬਾਅਦ ਟਾਈਮ ਹੋ ਗਿਆ 7:30 ਅਤੇ ਸ਼ਾਮ ਦੀ ਹੁਣ ਤਿਆਰੀ ਹੈ ਅਤੇ ਮੈਨੂੰ ਲੱਗਦਾ ਵੀ ਸ਼ਾਇਦ 1-2 ਸਰਪ੍ਰਾਈਜ਼ ਆਪਾਂ ਨੂੰ ਹੋਰ ਮਿਲ ਜਾਣਗੇ ਅੱਜ ਵੀ ਕੱਟਣੇ ਦਾ ਕੇਕ ਹੀ ਹੈ ਸੋ ਆਪਾਂ ਜੋ ਵੀ ਪਲੈਨ ਅੱਗੇ ਜੋ ਵੀ ਕੁਛ ਕਰਾਂਗੇ ਸੋ ਤੁਹਾਨੂੰ ਵਲੌਗ ਦੇ ਵਿੱਚ ਸਾਰਾ ਕੁਝ ਦਿਖਾਵਾਂਗੇ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਗਿਫਟ ਆਪਣਾ ਆਉਣ ਵਾਲਾ ਸੋ ਆਪਣਾ ਗਿਫਟ ਆ ਚੁੱਕਿਆ ਇਹ ਗਿਫਟ ਜਿਹੜਾ ਸੁਖਮਨ ਵੱਲੋਂ ਗਿਫਟ ਆਇਆ ਆਪਾਂ ਨੂੰ ਸੋ ਬਰਥਡੇ ਕੇਕ ਅਤੇ ਹੁਣ ਆਪਾਂ ਕੱਟ ਦੇ ਮੇਰੇ ਲਈ ਗਿਫਟ ਲੈ ਕੇ ਆਇਆ ਉੱਪਰ ਜੱਸਾ ਵੀਰ ਲਿਖਾ ਕੇ ਪਰ ਉਹਨੂੰ ਆਪ ਹੀ ਨਹੀਂ ਪਤਾ ਸੀਗਾ ਵੀ ਇਹ ਮੈਂ ਲਿਖਾਇਆ ਪਤਾ ਸੀ ਸੁਖਮਨ ਤੈਨੂੰ ਨਹੀਂ ਮੰਮੀ ਨੇ ਲਿਖਾਇਆ ਕਿ ਚਲੋ ਥੈਂਕ ਯੂ ਬਹੁਤ ਬਹੁਤ ਧੰਨਵਾਦ ਕੋਈ ਗੱਲ ਨੀ ਮੂੰਹ ਕੱਟਣ ਤੋਂ ਬਾਅਦ ਹੁਣ ਆਪਾਂ ਫਿਰ ਦੁਬਾਰਾ ਅੱਜ ਪਹਿਲੀ ਵਾਰ ਤੀਜਾ ਕੇਕ ਕੱਟਣ ਚੱਲੇ ਹਾਂ ਸੋ ਉਹ ਕੇਕ ਜਿਹੜਾ ਕੱਟਣ ਦਾ ਕੁਛ ਸਪੈਸ਼ਲ ਹੀ ਹੈ ਬਾਕੀ ਪਤਾ ਨਹੀਂ ਹੈਗਾ ਕੀ ਹੈ ਸੋ ਘਰ ਦੇ ਨਾਲ ਸਾਰੇ ਡੈਡੀ ਬੈਠ ਚੁੱਕੇ ਆ ਅਤੇ ਬਾਕੀ ਵੀਰੇ ਹੁਣੀ ਪਿੱਛੇ ਆ ਰਹੇ ਹੈ ਸੋਰੀ ਬੈਠ ਚੁੱਕੇ ਨੇ ਅਤੇ ਬਾਕੀ ਸਾਰੇ ਜਿਹੜੇ ਆ ਉਹ ਪਿੱਛੇ ਆ ਰਹੇ ਨੇ ਅਤੇ ਬਾਕੀ ਉੱਥੇ ਵੀ ਜਾ ਕੇ ਪਤਾ ਲੱਗ ਜਾਂਦਾ ਮੰਮੀ ਸਾਡੀ ਜਿਹੜੇ ਉਹ ਕਨੇਡਾ ਹੁਣ ਕਰਕੇ ਸੋ ਕਮੀ ਜਿਹੜੀ ਉਹ ਕਦੇ ਦੂਰ ਨਹੀਂ ਹੋ ਸਕਦੀ ਕਿਸੇ ਦੀ ਵੀ ਸੋ ਇਸ ਕਰਕੇ ਚਲੋ ਛੱਡੋ ਇਸ ਕਰਕੇ ਇਸ ਗੱਲਾਂ ਨੂੰ ਇੱਥੇ ਹੀ ਬੰਦ ਕੀਤਾ ਜਾਵੇ ਅਤੇ ਬਾਕੀ ਸਾਰਾ ਕੁਛ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਸੋ ਲਓ ਜੀ ਮੈਂ ਅਤੇ ਸੁਖਮਨ ਜਿਹੜੇ ਉਹ ਸਾਈਡ 'ਤੇ ਖੜ੍ਹੇ ਹੋ ਗਏ ਹਾਂ ਅਤੇ ਉਹ ਕਹਿੰਦੇ ਵੀ ਅਸੀਂ ਗੱਡੀ ਜਿਹੜੀ ਉਹ ਥੋੜ੍ਹਾ ਜਿਹਾ ਕੁਛ ਕਰਨਾ ਇਹਨਾਂ ਨੇ ਸਰਪ੍ਰਾਈਜ਼ ਗੱਡੀ ਵਾਲਾ ਰੱਖਿਆ ਹੋਇਆ ਸੀਗਾ ਅਤੇ ਡੈਡੀ ਵੀਰੇ ਹੁਣੀ ਸਾਰੇ ਜਣੇ ਖੜ੍ਹੇ ਨੇ ਅਤੇ ਬਾਕੀ ਇੱਧਰ ਆਪਾਂ ਗੱਡੀ ਆਪਣੀ ਓਪਨ ਕਰਤੀ ਹੈ ਡਿੱਗੀ ਡੁੱਗੀ ਖੋਲ੍ਹਤੀ ਹੈ ਅਤੇ ਗਾਣੇ ਗੁਣੇ ਚੱਲ ਰਹੇ ਨੇ ਪੂਰੇ ਫੁੱਲ ਬਾਕੀ ਜੋ ਵੀ ਕੁਛ ਹੋਊਗਾ ਤੁਹਾਨੂੰ ਦਿਖਾਵਾਂਗੇ ਬਾਕੀ ਆ ਲੋਕੇਸ਼ਨ ਦੇਖ ਲਓ 22 ਨੰਬਰ ਦੀ 22 ਨੰਬਰ 'ਤੇ ਖੜ੍ਹੇ ਹਾਂ ਜੇ ਤੁਹਾਨੂੰ ਵਲੌਗ ਚੰਗਾ ਲੱਗਦਾ ਹੋਇਆ ਤਾਂ ਸੋ ਜ਼ਰੂਰ ਸਾਨੂੰ ਦੱਸਿਓ ਕਮੈਂਟ ਕਰਕੇ ਜਸ਼ਨ ਆ ਚੁੱਕੇ ਜਸ਼ਨ ਨੇ ਪੂਰੀ ਤਿਆਰੀ ਕੀਤੀ ਹੈ ਵੀਰੇ ਦੇ ਮੂੰਹ ਤੇ ਲਾਉਣ ਲਈ ਆਹ ਦੇਖੋ ਜੀ ਅਸਲਾ ਸਾਡੇ ਕੋਲ ਤਿਆਰ ਆ ਤਿਆਰੀਆਂ ਪੂਰੀਆਂ ਫੁੱਲ ਖਿੱਚੀਆਂ ਇਹ ਜਿਹੜਾ ਸਰਪ੍ਰਾਈਜ਼ ਕਿਹਦੇ ਵੱਲੋਂ ਦਿੱਤਾ ਗਿਆ ਕਿੰਨੇ ਇਹ ਪਲੈਨਿੰਗ ਕਿਹਦੀ ਸੀਗੀ ਇਹ ਵੈਸੇ ਦੋਨਾਂ ਦੀ ਸੋ ਜਸ਼ਨ ਅਤੇ ਦਮਨ ਦੀ ਪਲੈਨਿੰਗ ਦੇ ਨਾਲ ਆਹ ਜਿਹੜਾ ਸਜਾਈ ਗਈ
ਉਹ ਡਰ ਗਿਆ ਯਾਰ ਉਦੋਂ ਚਲੋ ਬਣ ਗਿਆ ਸਮਾਂ ਨੇੜੇ ਆ ਕੇ ਸੀਨੇ ਮੈਂ ਨੇੜੇ ਆ ਜਾ ਦਮ ਨਾ ਹੈਪੀ ਬਰਥਡੇ ਟੂ ਯੂ ਬਸ ਥੋੜਾ ਸਾਈਡ ਤੇ ਆਇਓ ਮਾਨ ਕਰਨਾ ਤੁਹਾਨੂੰ ਹਰ ਮਈਆ ਆ ਜਾ ਮੜੇ ਬਸ ਮੂਦੇ ਕਦਮ ਦੋ ਬਦਰਾ ਲਾ ਬਦਰਾ ਉਹ ਮਾਤਾ ਹਲੋ ਜੀ ਤੁਸੀਂ ਸਾਰਿਆਂ ਨੇ ਦੇਖਿਆ ਜੋ ਹੋਇਆ ਤੇ ਜੋ ਕਹਿੰਦਾ ਮੇਰੇ ਨਾਲ ਵਾਪਰੀ ਆ ਵਾਪਰੀ ਹੈ ਸੋ ਉਹ ਤੁਸੀਂ ਦੇਖ ਚੁੱਕੇ ਹੋ ਇਹ ਨਾ ਉਹ ਇਹ ਸ਼ਖਸ ਨੇ ਉਹ ਜਿਨ੍ਹਾਂ ਨੇ ਮੇਰੇ ਨਾਲ ਧੱਕਾ ਕੀਤਾ ਇਹਨਾਂ ਨੇ ਬੜੇ ਨਾ ਕਰਾਂ ਅੱਜ ਬਰਥਡੇ ਸੀ ਬਰਥਡੇ ਮੇਰੇ ਇਨਸਾਫ ਮਿਲਣਾ ਚਾਹੀਦਾ ਇਨਸਾਫ ਮਿਲੇਗਾ ਬੜੇ ਦਿਨ ਸਵੇਰੇ ਮਿਲੇਗਾ ਇਨਸਾਫ ਸੋ ਹੁਣ ਆਪਾਂ ਚੱਲਦੇ ਹਾਂ ਅੱਗੇ ਕੁਛ ਖਾਣ ਪੀਣ ਸੋ ਅੱਜ ਦਾ ਜਿਹੜਾ ਉਹ ਅੱਗੇ ਦਿਖਾਵਾਂਗੇ ਕੱਟਣ ਤੋਂ ਬਾਅਦ ਆਪਾਂ ਪਹੁੰਚ ਗਏ ਹਾਂ ਨਾਗਪਾਲ ਫਾਈਨ ਡਾਈਨਿੰਗ ਦੇ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਸੋ ਮੈਨੂੰ ਲੱਗਦਾ ਵੀ ਤੁਹਾਨੂੰ ਜਿਹੜਾ ਇਹ ਵਲੌਗ ਚੰਗਾ ਲੱਗਿਆ ਹੋਊਗਾ ਜੇ ਚੰਗਾ ਲੱਗਿਆ ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਸੋ ਮਚ ਬਾਏ ਬਾਏ